सब्सक्राइब करें छड़जिकला टाइम टीवी को और लेटेस्ट अपडेट पाने के लिए प्रेस करें बेल आइकन को। सत श्री अकाल जी, चढ़दी कला टाइम टीवी वेख रहे सारे दर्शकों का स्वागत है खास मुलाकात प्रोग्राम दे विच। जिवें कि आप जी जानते हो कि इस प्रोग्राम दे राही असी दिन ब दिन आप जी दे रूबरू करवांदे रहिंदे हां वख-वख शख्सियतां नूं। अज साडे नाल मौजूद ने सरदार जसविंदर सिंह मलसिया, प्रेजिडेंट श्रोमणी अकाली दल मास्टर तारा सिंह ग्रुप श्री अमृतसर। सो आओ उन्हां दे नाल गलबात करदे हां अते उन्हां तों जानदे हां कि श्रोमणी अकाली दल मास्टर तारा सिंह नूं पुनर्गठन करन दे लई ओह पंजाब विच किहड़े-किहड़े कदम उठा रहे ने। सत श्री अकाल जी, स्वागत है जी आप जी दा। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਨੂੰ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਪੰਜਾਬ ਦੇ ਵਿੱਚ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਸ ਦੇ ਲਈ ਤੁਸੀਂ ਕਿਹੜੇ ਕਿਹੜੇ ਉਪਰਾਲੇ ਕਰ ਰਹੇ ਹੋ? ਅੱਜ ਪਟਿਆਲਾ ਵਿਖੇ ਵੀ ਆਪ ਜੀ ਨੇ ਜੋ ਦਫ਼ਤਰ ਦਾ ਉਦਘਾਟਨ ਕੀਤਾ, ਹੋਰ ਕੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਅਸੀਂ ਅੱਜ ਪਟਿਆਲੇ 'ਚ ਆਪਣਾ ਪੰਜਾਬ ਵਿੱਚ ਪਹਿਲਾ ਦਫ਼ਤਰ ਖੋਲ੍ਹਿਆ ਜੀ, ਔਰ ਅਸੀਂ ਹੁਣ ਕੋਸ਼ਿਸ਼ ਇਹ ਕਰਾਂਗੇ ਕਿ ਪੂਰੇ ਪੰਜਾਬ ਵਿੱਚ ਵੱਖ ਵੱਖ ਡਿਸਟ੍ਰਿਕਟਾਂ 'ਚ ਦਫ਼ਤਰ ਖੋਲ੍ਹਿਆ ਜਾਏ ਜੀ, ਔਰ ਮਾਸਟਰ ਤਾਰਾ ਸਿੰਘ ਦੀ ਔਰ ਜੋ ਜਥੇਦਾਰ ਰਸਪਾਲ ਸਿੰਘ ਜੀ ਦੀ ਸੋਚ ਸੀ ਜੀ ਇਸ ਦਲ ਦੇ ਪ੍ਰਤੀ, ਉਹ ਲੋਕਾਂ ਤੱਕ ਪਹੁੰਚਾਈ ਜਾਏ ਔਰ ਲੋਕਾਂ ਨੂੰ ਜਾਗਰੂਕ ਕਰਾਇਆ ਜਾਏ ਕਿ ਸਾਡੇ ਦਲ ਦਾ ਮਕਸਦ ਕੀ ਹੈ, ਸੇਵਾ, ਲੋਕ ਧਰਮ। ਇਹਦੇ ਬਾਅਦ ਜੋ ਵੀ ਸਾਨੂੰ ਇੱਥੋਂ ਦੀ ਸੰਗਤ ਪੰਜਾਬ ਦੀ ਮਾਣ ਸਤਿਕਾਰ ਬਖਸ਼ ਕੇ ਜਿਹੜਾ ਵੀ ਉਹਦਾ ਬਖਸ਼ੇ, ਅਸੀਂ ਬਿਲਕੁਲ ਉਹਦੀ ਸੇਵਾ 'ਤੇ ਪੂਰਾ ਉਤਰਾਂ ਖਰੇ ਉਤਰਾਂਗੇ ਔਰ ਉਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਜੀ। ਤੁਸੀਂ ਕੀ ਸਮਝਦੇ ਹੋ ਅੱਜ ਕੱਲ੍ਹ ਜੋ ਹਾਲਾਤ ਬਣੇ ਹੋਏ ਨੇ, ਜਿਵੇਂ ਦਿੱਲੀ ਦੇ ਵਿੱਚ ਵੀ ਪੁਲਿਸ ਵੱਲੋਂ ਸਿੱਖ ਦੀ ਕੁੱਟਮਾਰ ਕੀਤੀ ਗਈ, ਹੋਰ ਵੀ ਅਸੀਂ ਦੇਖਦੇ ਹਾਂ ਘੱਟ ਗਿਣਤੀਆਂ ਨਾਲ ਜੋ ਵਿਵਹਾਰ ਹੁੰਦਾ ਹੈ, ਖਾਸ ਤੌਰ 'ਤੇ ਸਿੱਖਾਂ ਨੂੰ ਜੋ ਇਨਸਾਫ਼ ਨਹੀਂ ਮਿਲਿਆ ਹੁਣ ਤੱਕ, ਇਹੋ ਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਕਿਹੜੇ ਕਿਹੜੇ ਕਦਮ ਉਠਾਉਣੇ ਯੋਗ ਰਹਿਣਗੇ? ਦੇਖੋ, ਜੋ ਕੁੱਟਮਾਰ ਹੋਈ ਹੈ ਉਹ ਬਹੁਤ ਹੀ ਨਿੰਦਣੀ ਯੋਗ ਹੈ ਜੀ। ਗਲਤੀ ਕਿਸੇ ਵੀ ਪੱਖ ਦੀ ਰਹੀ ਹੋਏ, ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਜਾਂ ਕਿਸੇ ਵਿਅਕਤੀ ਨੂੰ, ਵਿਸ਼ੇਸ਼ ਨੂੰ ਕਿਸੇ ਨੂੰ ਮਾਰਨ ਦਾ ਹੱਕ ਨਹੀਂ ਹੈ, ਬਿਲਕੁਲ ਜਿਵੇਂ ਸ਼ਰੇਆਮ ਉਹ ਵੀ ਸ਼ਰੇਆਮ ਮਾਰਿਆ। ਅਗਰ ਕੱਲ੍ਹ ਨੂੰ ਪੁਲਿਸ ਅਗਰ ਰਿਮਾਂਡ ਵੀ ਲੈਂਦੀ ਤਾਂ ਕੋਰਟ ਤੋਂ ਪੁੱਛ ਕੇ ਜੀ, ਕੋਰਟ ਰਿਮਾਂਡ ਦਿੰਦੀ ਹੈ ਤਾਂ ਪੁਲਿਸ ਉਹਨੂੰ ਇੰਟਰੋਗੇਟ ਕਰਦੀ ਹੈ ਮੁਲਜ਼ਮ ਨੂੰ, ਬਿਲਕੁਲ। ਉਹਨਾਂ ਨੇ ਰਿਮਾਂਡ ਵੀ ਖੁਦ ਹੀ ਲੈ ਲਿਆ, ਫੈਸਲਾ ਵੀ ਖੁਦ ਹੀ ਸੁਣਾਤਾ ਔਰ ਕੇਸਾਂ ਦੀ ਬੇਅਦਬੀ ਹੋਈ, ਦਸਤਾਰ ਦੀ ਬੇਅਦਬੀ ਹੋਈ, ਜੋ ਕਿ ਬਹੁਤ ਹੀ ਨਿੰਦਣੀ ਹੋ ਗਏ ਜੀ। ਔਰ ਰਿਮਾਂਡ ਕਰਦੇ ਹਾਂ ਕਿ ਦੋਸ਼ੀ ਪੁਲਿਸ ਵਾਲਿਆਂ ਨੂੰ ਜੀ ਜ਼ਰੂਰ ਸਜ਼ਾ ਮਿਲੇ, ਤਾਂ ਕਿ ਆਉਣ ਵਾਲੇ ਇਸ ਪੂਰੇ ਦੇਸ਼ 'ਚ ਕੋਈ ਵੀ ਪੁਲਸੀਆ ਹਰਕਤ ਜਾਂ ਕੋਈ ਵੀ ਔਰ ਸਮਾਜਿਕ ਜਿਹੜੇ ਤੱਤਵ ਹੈ, ਜਿਹੜੇ ਸ਼ਰਾਰਤੀ ਤੱਤਵ ਹੈ, ਉਹ ਕੋਈ ਇਹੋ ਜਿਹੀ ਹਰਕਤ ਨਾ ਕਰ ਸਕਣ ਜੀ। ਜਿਵੇਂ ਤੁਸੀਂ ਕਹਿ ਰਹੇ ਸੀ ਦਸਤਾਰ ਦੀ ਬੇਅਦਬੀ, ਤੁਹਾਨੂੰ ਨਹੀਂ ਲੱਗਦਾ ਕਿ ਸਿੱਖਾਂ ਦੀਆਂ ਦਸਤਾਰਾਂ ਉਤਰਨਾ ਹੁਣ ਆਮ ਹੋ ਗਿਆ ਹੈ, ਜਗ੍ਹਾ ਜਗ੍ਹਾ 'ਤੇ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿਹੋ ਜਿਹੇ ਵਿਧਾਨ ਬਣਾਉਣੇ ਚਾਹੀਦੇ? ਬਿਲਕੁਲ ਠੀਕ ਹੈ, ਤੁਸੀਂ ਦਸਤਾਰਾਂ ਉਤਰੇ ਹੁਣ ਆਮ ਹੋ ਗਈਆਂ, ਇਸ ਲਈ ਮੈਂ ਇੱਕ ਸਟੇਟਮੈਂਟ ਦਿੱਤੀ ਹੈ ਕਿ ਸਰਕਾਰ ਐਸਾ ਕੜਾ ਕਦਮ ਉਠਾਏ ਸਿੱਖਾਂ ਦੇ ਦਸਤਾਰ ਸੰਬੰਧੀ, ਕਿਉਂਕਿ ਦਸਤਾਰ ਹੀ ਸਾਡੀ ਮਾਣ ਹੈ, ਸਤਿਕਾਰ ਹੈ। ਗੁਰੂ ਸਾਹਿਬ ਨੇ ਇੱਕ ਐਸਾ ਅਜਿਹਾ ਤੋਹਫਾ ਬਖਸ਼ਿਆ ਕਿ ਇਹਨੂੰ ਪਾਉਣ ਦੇ ਬਾਅਦ ਹੀ ਅਸੀਂ ਸਰਦਾਰ ਜੀ ਕਹਿਲਾਉਂਦੇ ਹਾਂ ਜੀ, ਇਸ ਤੋਂ ਉਤਾਰੇ ਬਿਨਾਂ ਅਸੀਂ ਸਰਦਾਰ ਜੀ ਨਹੀਂ, ਇੱਕ ਆਮ ਸਿੱਖ ਹੈ, ਅਸੀਂ ਆਮ ਇੱਕ ਇਨਸਾਨ ਹੈ ਜੀ। ਮੈਂ ਸਰਕਾਰ ਨੂੰ ਮੰਗ ਕੀਤੀ ਹੈ ਕਿ ਕਾਨੂੰਨ 'ਚ ਅਮੈਂਡਮੈਂਟ ਕਰਕੇ ਲੋਕ ਸਭਾ 'ਚ ਦਸਤਾਰ 'ਤੇ ਹੱਥ ਪਾਉਣ ਵਾਲੇ ਵਿਅਕਤੀ ਨੂੰ 10 ਸਾਲ ਦੀ ਘੱਟ ਤੋਂ ਘੱਟ ਸਜ਼ਾ ਦਾ ਪ੍ਰਾਵਧਾਨ ਹੋਏ, ਜਿਹਦੇ ਕਰਕੇ ਇਹ ਦਸਤਾਰਾਂ ਉਤਰਨੀਆਂ ਸਰੇਆਮ ਬੰਦ ਹੋਣ ਔਰ ਸਿੱਖਾਂ ਦੀ ਪੱਤ ਰਹਿ ਸਕੇ। ਬਿਲਕੁਲ ਜੀ, ਕੈਨੇਡਾ ਵਿੱਚ ਤਾਂ ਕਾਨੂੰਨ ਬਣਿਆ ਹੋਇਆ, ਕੈਨੇਡਾ 'ਚ ਬਣਿਆ ਹੈ, ਕੈਨੇਡਾ 'ਚ ਬਣਿਆ ਹੈ, ਯੂਕੇ 'ਚ ਵੀ ਬਣਿਆ ਹੈ, ਯੂਕੇ 'ਚ ਵੀ ਆਪਾਂ ਇਹ ਦੇਖਦੇ ਹਾਂ, ਉੱਥੇ ਵੀ ਦਸਤਾਰ 'ਤੇ ਗੁਹਾ ਤੋਂ, ਇੱਥੇ ਹਿੰਦੁਸਤਾਨ ਜਿੱਥੇ ਇੱਥੇ ਧਰਤੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਲੀਦਾਨ ਦਿੱਤਾ, ਉਹਨਾਂ ਨੇ ਹਿੰਦੂ ਧਰਮ ਬਚਾਇਆ, ਅੱਜ ਉਹੀ ਲੋਕ ਸਾਡੇ 'ਤੇ ਅਗਰ ਦਸਤਾਰਾਂ ਉਤਾਰਨਗੇ ਤੇ ਫਿਰ ਤਾਂ ਸਾਡਾ ਹਿੰਦੁਸਤਾਨ ਹੀ ਰਹਿਣਾ ਮੁਸ਼ਕਿਲ ਹੈ, ਤਾਂ ਫਿਰ ਬਾਹਰ ਕਿੱਥੇ ਰਹਿ ਸਕਦੇ ਹਾਂ ਜੀ? ਤੁਹਾਨੂੰ ਕੀ ਲੱਗਦਾ ਸਿੱਖਾਂ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਦੇਸ਼ ਦੇ ਵਿੱਚ? ਸਿੱਖਾਂ ਦੀ ਮੌਜੂਦਾ ਸਥਿਤੀ ਐਸੀ ਹੈ ਕਿ ਕੋਈ ਏਕਾ ਨਹੀਂ ਹੈ ਸਾਡੇ ਆਪਸ ਸਾਰਿਆਂ 'ਚ, ਅਸੀਂ ਸਾਡੇ ਵੱਖ ਵੱਖ ਧੜਿਆਂ 'ਚ ਅਸੀਂ ਵੰਡੇ ਹੋਏ ਹਾਂ ਜੀ, ਔਰ ਸਾਡੀ ਕੋਈ ਇੱਕ ਆਵਾਜ਼ ਨਹੀਂ ਹੈ, ਔਰ ਇਸੇ ਕਰਕੇ ਸਾਡੀ ਸੁਣਵਾਈ ਘੱਟ ਹੈ ਜੀ, ਅਸੀਂ ਵੈਸੇ ਘੱਟ ਗਿਣਤੀ 'ਚ ਗਿਣੇ ਜਾਂਦੇ ਹਾਂ, ਸਾਨੂੰ ਇਕੱਠੇ ਹੋਣਾ ਚਾਹੀਦਾ ਸਭ ਤੋਂ। ਬਿਲਕੁਲ, ਮੈਂ ਤਾਂ ਸਾਰੇ ਦਲਾਂ ਨੂੰ ਕਹਾਂਗਾ ਸਮੇਤ ਮੇਰੇ ਨੂੰ ਕਿ ਸਾਨੂੰ ਕੋਈ ਇੱਕ ਐਸਾ ਦਲ ਬਣਾਉਣਾ ਚਾਹੀਦਾ ਜਿਸ ਦਲ ਥੱਲੇ ਸਾਰੇ ਸਿੱਖ ਆ ਜਾਣ ਔਰ ਏਕਾ ਦਿਖਾਉਣ ਔਰ ਆਪਣੀ ਮੰਗਾਂ ਨੂੰ ਪੂਰੀਆਂ ਕਰਵਾਉਣ। ਬਿਲਕੁਲ ਜੀ, ਸਿੱਖਾਂ ਦੀ ਆਵਾਜ਼ ਬੁਲੰਦ ਹੋ ਸਕੇ, ਸਿੱਖਾਂ ਦੀ ਆਵਾਜ਼ ਬੁਲੰਦ ਹੋ ਸਕੇ। ਹੋਰ ਤੁਸੀਂ ਕਿਹੜੇ ਹਾਲਾਤ ਦੇਖਦੇ ਹੋ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ, ਜਿਵੇਂ ਬੇਰੁਜ਼ਗਾਰੀ ਵੀ ਬਹੁਤ ਵਧੀ ਹੋਈ ਹੈ ਪੰਜਾਬ ਵਿੱਚ? ਬੇਰੁਜ਼ਗਾਰੀ ਬੜੀ ਹੈ, ਨਸ਼ਾ ਬੜਾ ਹੈ, ਸਭ ਤੋਂ ਵੱਡਾ ਜਿਹੜਾ ਨਸ਼ਾ ਹੈ ਜੀ, ਜੋ ਪੰਜਾਬ ਪਿਛਲੇ 15 ਸਾਲ 'ਚ ਨਸ਼ੇ 'ਚ ਹੋਇਆ, ਗਰਦ ਹੋਇਆ, ਘਰ ਘਰ 'ਚ
ਬੱਚੇ ਨੂੰ ਨਸ਼ਾ ਲੱਗਿਆ ਹੋਇਆ ਮੈਨੂੰ ਖਬਰਾਂ ਮਿਲਦੀ ਰਹਿੰਦੀਆਂ ਨੇ ਕਿ ਜਿਹੜੇ ਮੁੰਡੇ ਹੈ ਪੰਜਾਬ ਦੇ ਸਾਡੇ ਨੌਜਵਾਨ ਜਿਹੜੇ ਪਟਕੇ ਹੈ ਉਹ ਆਪਣੀ ਮਾਵਾਂ ਭੈਣਾਂ ਦੀ ਮੁੰਦਰੀਆਂ ਤੱਕ ਕੰਨੋ ਵਾਲੀਆਂ ਤੱਕ ਖਿੱਚ ਕੇ ਲੈ ਜਾਂਦੇ ਵੀ ਸਾਨੂੰ ਸ਼ਾਮ ਆ ਗਈ ਸਾਨੂੰ ਨਸ਼ਾ ਚਾਹੀਦਾ ਬਿਲਕੁਲ ਜਿਹਨਾਂ ਨੇ ਤੋੜ ਲੱਗਦੀ ਹੈ ਫਿਰ ਉਹ ਜ਼ੁਲਮ ਵੱਲ ਵੱਧਦੇ ਬਿਲਕੁਲ ਜ਼ੁਲਮ ਵੱਲ ਵੱਧਦੇ ਮੈਂ ਮੇਰੇ ਨਾਲ ਵੀ ਘਟਨਾ ਹੋਈ ਸੀ ਮੈਂ ਆ ਰਿਹਾ ਸੀਗਾ ਬਾਬਾ ਬੁੱਢਾ ਸਮਾਧ ਤੋਂ ਅੱਜ ਤੋਂ 2 ਸਾਲ ਪਹਿਲੇ ਜੀ ਤੇ ਮੇਰੀ ਗੱਡੀ ਪੈਂਚਰ ਹੋ ਗਈ ਤੇ ਉੱਥੇ ਮੇਰੇ ਕੋਲ ਕੁਛ ਇੰਸਟਰੂਮੈਂਟ ਨਹੀਂ ਸੀਗੇ ਤੇ ਉਹਦੇ ਬਾਅਦ ਸਿੱਖ ਇਕੱਠੇ ਹੋ ਗਏ ਉੱਥੇ ਪਿੰਡ ਦੇ ਲੋਕ ਅਜਨਾਲਾ ਚੌਕ ਤੇ ਤੇ ਮੈਨੂੰ ਕਹਿਣ ਲੱਗੇ ਜੇ ਤੂੰ ਜਲਦੀ ਨੱਠ ਜਾਓ ਇਹ ਸ਼ਾਮ ਪੈ ਰਹੀ ਹੈ 5-6 ਵੱਜ ਗਏ ਨਹੀਂ ਤਾਂ ਤੁਹਾਡੀ ਗੱਡੀ ਗੁੱਡੀ ਸਭ ਖੋ ਕੇ ਲੈ ਜਾਣਗੇ ਉਹਨਾਂ ਨਸ਼ੇ ਦੀ ਆਦਤ ਪਈ ਹੈ ਔਰ ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਸੀਂ ਦਿੱਲੀ ਤੋਂ ਆਇਓ ਇਹ ਕਹਿਣਾ ਕਿ ਤੁਸੀਂ ਪੰਜਾਬ ਦੇ ਹੀ ਹੋ ਜੀ ਤੇ ਅਸੀਂ ਇੱਥੋਂ ਹੀ ਦੇ ਹਾਂ ਤੇ ਐਸੇ ਹਾਲਾਤ ਸੀਗੇ ਕਿ ਅਸੀਂ ਵੀ ਮੈਂ ਵੀ ਉਸ ਟਾਈਮ ਡਰਦੇ ਮਾਹੌਲ 'ਚ ਆ ਗਿਆ ਸੀ ਪਤਾ ਨਹੀਂ ਕੀ ਹੋ ਜਾਏ ਮੇਰੇ ਨਾਲ ਤੋ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਗੌਰਮੈਂਟ ਨੂੰ ਚਾਹੀਦਾ ਪਹਿਲਾਂ ਤਾਂ ਪੰਜਾਬ ਤੋਂ ਨਸ਼ੇ ਦਾ ਬੇੜਾ ਗਰਕ ਹੋਣਾ ਚਾਹੀਦਾ ਖਤਮ ਹੋਣਾ ਚਾਹੀਦਾ ਨਸ਼ਾ ਤਾਂ ਕਿ ਸਾਡੇ ਨੌਜਵਾਨ ਫਿਰ ਉਹ ਦੁੱਧ ਤੇ ਲੱਸੀਆਂ ਵੱਲ ਜਾਣ ਜੀ ਹੋਰ ਤੁਸੀਂ ਕੀ ਸਮਝਦੇ ਹੋ ਬੇਰੁਜ਼ਗਾਰੀ ਦਾ ਕਿਵੇਂ ਹੱਲ ਹੋ ਸਕਦਾ ਬੇਰੁਜ਼ਗਾਰੀ ਦਾ ਹੱਲ ਇੱਦਾਂ ਹੀ ਅਸੀਂ ਮੈਂ ਕਹਾਂਗਾ ਸਰਕਾਰ ਨੂੰ ਸੈਂਟਰ ਨੂੰ ਵੀ ਸਟੇਟ ਨੂੰ ਵੀ ਕਿ ਉਹਨਾਂ ਲਈ ਕੁਛ ਇੱਕ ਪ੍ਰੋਗਰਾਮ ਕੱਢਿਆ ਜਾਏ ਬੇਰੁਜ਼ਗਾਰੀ ਦੇ ਲਈ ਸਮਾਧਾਨ ਨਿਕਾਲਿਆ ਜਾਣ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪੁਲਿਸ ਹੋਰ ਕਈ ਮਹਿਕਮੇ ਹੈ ਹੋਰ ਕਈ ਅਦਾਰੇ ਆ ਜਿਹੜੀ ਸਰਕਾਰ ਉਹਨਾਂ ਨੂੰ ਕੰਮ ਦੇ ਸਕਦੀ ਹੈ ਜੀ ਬਾਹਰ ਜਾਣ ਦਾ ਰੁਝਾਨ ਜੋ ਅੱਜ ਕੱਲ੍ਹ ਬਣਿਆ ਹੋਇਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਪੜ੍ਹਿਆ ਲਿਖਿਆ ਜਿਹੜਾ ਸਾਡਾ ਨੌਜਵਾਨ ਉਹ ਬਾਹਰ ਜਾਣ ਦਾ ਰੁਝਾਨ ਉਹਦੇ ਵਿੱਚ ਬਾਹਰ ਜਾਣ ਦਾ ਰੁਝਾਨ ਤੇ ਇਸ ਤਰ੍ਹਾਂ ਉਹ ਸਾਰੇ ਜਾਣ ਨੂੰ ਤਿਆਰ ਹੈ ਇੱਥੇ ਕੰਮਕਾਰ ਹੀ ਨਹੀਂ ਕਿਸੇ ਕੋਲ ਜੇ ਕੰਮਕਾਰ ਹੋਏ ਤਾਂ ਇੱਥੇ ਲੋਕ ਰੁਕਣਗੇ ਨੌਜਵਾਨ ਰੁਕਣਗੇ ਸਾਡਾ ਨੌਜਵਾਨ ਅੱਜ ਬਾਹਰ ਜਾ ਕੇ ਨੌਕਰੀਆਂ ਕਰ ਰਹੇ ਤੇ ਇੱਥੇ ਕਿਉਂ ਨਾ ਕਰੇ ਹਿੰਦੁਸਤਾਨ ਅੱਜ ਪੂਰੇ ਵਰਲਡ 'ਚ ਉਭਰਦਾ ਹੋਇਆ ਦੇਸ਼ ਹੈ ਤੇ ਇਹਨੂੰ ਆਪਾਂ ਹੋਰ ਵੀ ਉਭਾਰ ਸਕਦੇ ਹਾਂ ਆਪਣੇ ਨੌਜਵਾਨਾਂ ਨੂੰ ਪੜ੍ਹੇ ਲਿਖੇ ਵੀਰਾਂ ਨੂੰ ਇੱਥੇ ਰੱਖ ਕੇ ਤਾਂ ਕਿ ਉਹ ਹਿੰਦੁਸਤਾਨ ਔਰ ਪ੍ਰਾਣੀ ਮਾਤਰ ਦੀ ਸੇਵਾ ਕਰ ਸਕਣ ਜੀ ਤੁਹਾਡੀ ਪਾਰਟੀ ਵੱਲੋਂ ਕਿਹੜੇ ਯਤਨ ਕੀਤੇ ਜਾ ਰਹੇ ਨੇ ਜੋ ਬੇਰੁਜ਼ਗਾਰੀ ਨੂੰ ਰੋਕਣ ਦੇ ਲਈ ਜਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਸਾਡੀ ਪਾਰਟੀ ਅਜੇ ਕਿਸੇ ਅਸੀਂ ਸਰਕਾਰ 'ਚ ਨਹੀਂ ਹਾਂ ਨਾ ਅਸੀਂ ਗੁਰਦੁਆਰਾ ਕਿਸੇ ਕਮੇਟੀ 'ਚ ਹਾਂ ਜੀ ਅਸੀਂ ਆਪਣੇ ਆਪ ਨੂੰ ਨਵੇਂ ਸਿਰੇ ਕਿਉਂਕਿ ਮਾਸਟਰ ਤਾਰਾ ਸਿੰਘ ਜੋ ਸਾਡੇ ਦਲ ਦੇ ਪ੍ਰਧਾਨ ਸੀਗੇ ਉਹ ਪੰਜਾਬ 'ਚ ਬੜੇ ਸਰਕਰੀ ਰਹੇ ਐਕਟਿਵ ਰਹੇ ਮਗਰ ਕਿਸੇ ਕਾਰਨਵਸ਼ ਅਸੀਂ ਨਹੀਂ ਪਿੱਛੇ ਕੁਛ ਸਾਲਾਂ 'ਚ ਰਹਿ ਸਕੇ ਹੁਣ ਅਸੀਂ ਆਪਣੇ ਆਪ ਨੂੰ ਐਕਟਿਵ ਕਰਕੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਪਾਸੋਂ ਨੌਕਰੀਆਂ ਦਵਾਈਏ ਔਰ ਖੁਦ ਵਾਹਿਗੁਰੂ ਕਰੇ ਅਕਾਲ ਪੁਰਖ ਨੇ ਅਗਰ ਚਾਹੇ ਤਾਂ ਸਰਕਾਰ 'ਚ ਆਈਏ ਤਾਂ ਅਸੀਂ ਫਿਰ ਆਪਣੇ ਹਿਸਾਬ ਨਾਲ ਕੰਮ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਕਿਸਾਨਾਂ ਦੇ ਹਾਲਾਤ ਨੇ ਆਏ ਦਿਨ ਕਿਸਾਨ ਜੋ ਆਤਮ ਹੱਤਿਆ ਕਰਦੇ ਨੇ ਕਿਸਾਨਾਂ ਦੀ ਹਾਲਤ ਵਿੱਚ ਕਿਵੇਂ ਸੁਧਾਰ ਹੋ ਸਕਦਾ ਬੜਾ ਅੱਛਾ ਸਵਾਲ ਕੀਤਾ ਤੁਸੀਂ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਜੀ ਜੇ ਉਹ ਹੀ ਖੁਦਕੁਸ਼ੀਆਂ ਕਰੇਗਾ ਜੇ ਉਹਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੋਏਗੀ ਤਾਂ ਸਾਨੂੰ ਅਨਾਜ ਕਿਸ ਤਰ੍ਹਾਂ ਦੇਗਾ ਜੀ ਸਰਕਾਰ ਨੂੰ ਇਹਦੇ ਲਈ ਬੜੇ ਕੜੇ ਕਦਮ ਉਠਾਉਣੇ ਚਾਹੀਦੇ ਹੈ ਸਾਡੇ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਉਹਨਾਂ ਨੇ 2 ਹੀ ਲੋਕਾਂ ਨੂੰ ਦੱਸਿਆ ਸੀ ਕਿ ਸਾਡੇ 2 ਲੋਕ ਹਨ ਜਿਹੜੇ ਦੇਸ਼ ਨੂੰ ਬਚਾ ਸਕਦੇ ਹਨ ਖਵਾਉਣ ਵਾਲਾ ਔਰ ਰੱਖਿਆ ਕਰਨ ਵਾਲਾ ਅੱਜ ਜਿਹੜਾ ਖਵਾਉਣ ਵਾਲਾ ਹੈ ਉਹਦੀ ਹਾਲਤ ਖਰਾਬ ਹੈ ਸਰਕਾਰ ਨੂੰ ਸੈਂਟਰ ਨੂੰ ਕਿਸਾਨਾਂ ਲਈ ਬਹੁਤ ਨਰਮੀ ਵਰਤਣੀ ਚਾਹੀਦੀ ਉਹਨਾਂ ਨੂੰ ਬਿਜਲੀ ਪਾਣੀ ਫ੍ਰੀ ਦੇਣਾ ਚਾਹੀਦਾ ਹੈ ਤਾਂ ਕਿ ਉਹ ਸਾਨੂੰ ਔਰ ਸੇਵਾ ਦੇ ਸਕਣ ਤਾਂ ਕਿ ਸਾਡੇ ਬੱਚੇ ਰਾਤ ਨੂੰ ਭੁੱਖੇ ਨਾ ਸੋ ਸਕਣ ਉਹ ਸਾਡਾ ਅੰਨਦਾਤਾ ਹੈ ਅੰਨਦਾਤਾ ਦਾ ਸਤਿਕਾਰ ਤਾਂ ਸਭ ਨੂੰ ਕਰਨਾ ਚਾਹੀਦਾ ਬੜਾ ਮਾੜਾ ਕੰਮ ਹੈ ਜੋ ਕਿਸਾਨਾਂ ਨਾਲ ਹੋ ਰਿਹਾ ਬੜੀ ਬੇਅਦਬੀ ਹੋ ਰਹੀ ਉਹਨਾਂ ਦੀ ਜੀ ਕਿਉਂ ਤੁਹਾਨੂੰ ਕੀ ਲੱਗਦਾ ਕਾਰਨ ਕੀ ਉਹਨਾਂ ਦੀ ਆਤਮ ਹੱਤਿਆਵਾਂ ਕਰਨ ਦੇ ਪਿੱਛੇ ਉਹਨਾਂ ਦੇ ਕਰਜ਼ ਉਹਨਾਂ ਦੇ ਜਿਹੜੇ ਪਿੰਡ ਦੇ ਜੋ ਸਾਨੂੰ ਸੁਣਨ 'ਚ ਆਉਂਦਾ ਸਾਹੂਕਾਰ ਹੈਗੇ ਜਿਹਨਾਂ ਕੋਲ ਉਹਨਾਂ ਦੇ ਕਾਗਜ਼ ਪਏ ਹੁੰਦੇ ਨੇ ਉਹਨਾਂ ਕੋਲ ਇੰਟਰਸਟ ਦਾ ਬੋਝ ਪਾਇਆ ਜਾਂਦਾ ਉਹਨਾਂ ਦੇ ਸਿਰ 'ਤੇ ਇਸ ਕਰਕੇ ਖੁਦਕੁਸ਼ੀ ਕਰਦੇ ਉਹਨਾਂ ਦੇ ਘਰ ਬੱਚੇ ਹੈ ਜੋ ਸਾਡੀ ਅੱਛੀ ਤਰ੍ਹਾਂ ਪੜ੍ਹਾਈ ਨਹੀਂ ਕਰ ਸਕਦੇ ਬੱਚਿਆਂ ਦਾ ਵਿਆਹ ਨਹੀਂ ਹੋ ਸਕਦਾ ਅਤੇ ਕਿਸਾਨ ਇਸੀ ਗਮ 'ਚ ਆ ਕੇ ਖੁਦਕੁਸ਼ੀ ਕਰਦਾ ਹੁਣ ਜੇ ਅਸੀਂ ਗੱਲ ਕਰ ਲਈਏ ਮਾਸਟਰ ਤਾਰਾ ਸਿੰਘ ਦੁਆਰਾ ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ ਕੀਤਾ ਕਿਵੇਂ ਗਿਆ ਥੋੜ੍ਹਾ ਜਿਹਾ ਅਸੀਂ ਆਪ ਵੀ ਸਾਡੇ ਦਰਸ਼ਕਾਂ ਨੂੰ ਵੀ ਜਾਣੂ ਕਰਵਾਓ ਜੀ ਸੰਗਠਨ ਇਸ ਤਰ੍ਹਾਂ ਜਾਂ ਦੇਸ਼ ਦੀ ਵੰਡ ਹੋ ਰਹੀ ਸੀ 1947 'ਚ ਜੀ ਅਤੇ ਮਾਸਟਰ ਜੀ ਨੂੰ ਉਸ ਵਕਤ ਦੇ ਫਾਦਰ ਆਫ ਨੇਚਰ ਡੇ ਪਾਕਿਸਤਾਨ ਦੇ ਜਿੰਨਾ ਉਹਨਾਂ ਨੇ ਕਿਹਾ ਸੀ ਤੁਸੀਂ ਵੀ ਅਸੀਂ ਆਪਣੀ ਆਪਣਾ ਮੁਲਕ ਲੈ ਰਹੇ ਹਾਂ ਤੁਸੀਂ ਵੀ ਆਪਣਾ ਇੱਕ ਮੁਲਕ ਲੈ ਲਓ ਜੀ ਅਤੇ ਮਾਸਟਰ ਤਾਰਾ ਸਿੰਘ ਜੀ ਨੇ ਉਦੋਂ ਕਿਹਾ ਨਹੀਂ ਮੇਰਾ ਮੁਲਕ ਮੇਰਾ ਹਿੰਦੁਸਤਾਨ ਹੀ ਹੈ ਮਹਾਤਮਾ ਗਾਂਧੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਾਸਟਰ ਜੀ ਨੂੰ ਸਮਝਾਇਆ ਕਿ ਇੱਕ ਵੰਡ ਹੋ ਰਹੀ ਤੁਸੀਂ ਦੂਸਰੀ ਵੰਡ ਨਾ ਕਰੋ ਅਸੀਂ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗੇ ਅਸੀਂ ਪੰਜਾਬੀ ਨੂੰ ਦੇਸ਼ ਆਜ਼ਾਦ ਦੇ ਬਾਅਦ ਸੈਕਿੰਡ ਲੈਂਗੁਏਜ ਕਰ ਦਾਂਗੇ ਜੀ ਉਹ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਹਿੰਦੁਸਤਾਨ ਦੀ ਜਿਸ ਕਰਕੇ 47 ਤੋਂ ਲੈ ਕੇ ਮਾਸਟਰ ਜੀ 1959 ਤੱਕ ਸਰਕਾਰ 'ਤੇ ਦਬਾਅ ਬਣਾਉਂਦੇ ਰਹੇ ਜੀ ਕਿ ਸਾਡੀ ਪੰਜਾਬੀ ਨੂੰ ਸੈਕਿੰਡ ਲੈਂਗੁਏਜ ਕਰੋ ਸਰਕਾਰ ਨੇ ਨਹੀਂ ਮੰਨਿਆ ਉਹਦੇ ਬਾਅਦ ਮਾਸਟਰ ਜੀ ਨੇ 1960 ਦਾ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਜੋ ਪੂਰੇ ਹਿੰਦੁਸਤਾਨ 'ਚ ਇੱਕ ਅਜਿਹੀ ਲਹਿਰ ਲੈ ਕੇ ਆਇਆ ਕਿ ਲੋਕ ਆਪਣੇ ਘਰਾਂ 'ਚੋਂ ਨਿਕਲ ਕੇ ਬੀਬੀਆਂ ਬੱਚੇ ਬਜ਼ੁਰਗ ਜਵਾਨ ਆ ਕੇ ਗ੍ਰਿਫਤਾਰੀਆਂ ਦਿੰਦੇ ਰਹੇ ਔਰ ਉਸ ਮੋਰਚੇ ਦੇ ਡਿਕਟੇਟਰ ਮੇਰੇ ਫਾਦਰ ਜਹਦਾਰ ਛਪਾਲ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜੇ ਪਹਿਲੇ ਸਨ ਉਹ ਰਹੇ
ਡਿਕਟੇਟਰਸ਼ਿਪ ਕਰਦਿਆਂ ਉਹਨਾਂ ਦੇ ਉੱਪਰ ਜਾਦਰ ਸਾਹਿਬ ਦੇ ਉੱਪਰ 253 ਮੁਕੱਦਮੇ ਸਰਕਾਰ ਵੱਲੋਂ ਥਾਪੇ ਗਏ, ਬਣਾਏ ਗਏ ਨਾਜਾਇਜ਼। ਉਸਦੇ ਬਾਅਦ ਮੋਰਚਾ ਰੁਕਿਆ ਨਹੀਂ, ਮੋਰਚਾ ਚੱਲਦਾ ਗਿਆ, ਜਿਹਦੇ ਵਿੱਚ ਚੜ੍ਹਦੀ ਕਲਾ ਦੇ ਗਿਆਨੀ ਹਰਨਾਮ ਸਿੰਘ ਜੀ ਮੇਰੇ ਫਾਦਰ ਦੇ ਬਹੁਤ ਨਜ਼ਦੀਕ ਰਹੇ ਸੀਗੇ। ਉਹ ਸਾਡੇ ਦੇ ਮੋਰਚੇ ਜੈਦਾਰ ਸਾਹਿਬ ਕੋਲ ਆਏ ਕਿ ਜੀ ਮੈਂ ਵੀ ਕੁਛ ਹਿੱਸਾ ਪਾਉਣਾ ਹੈ ਇਸ ਮੋਰਚੇ 'ਚ। ਅਤੇ ਜੈਦਾਰ ਸਾਹਿਬ ਨੇ ਕਿਹਾ ਅਸੀਂ ਇੱਕ ਸਕੀਮ ਬਣਾਈ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ 15 ਅਗਸਤ ਨੂੰ ਲਾਲ ਕਿਲੇ 'ਤੇ ਬੋਲਣਾ ਹੈ ਅਤੇ ਅਸੀਂ ਕਾਲੇ ਗੁਬਾਰੇ ਛੱਡਣੇ ਹੈ ਅਤੇ ਤੁਸੀਂ ਉਹਨਾਂ ਗੁਬਾਰੇ ਦੀ ਅਗਵਾਈ ਕਰੋ ਅਤੇ ਜਾ ਕੇ ਉੱਥੇ ਤੱਕ ਬੋਲੋ ਅਸੀਂ ਗੁਰਦੁਆਰੇ ਦੇ ਗੁਬਾਰੇ ਛੱਡਾਂਗੇ ਅਤੇ ਤੁਸੀਂ ਲਾਲ ਕਿਲੇ ਜਾ ਕੇ ਉੱਥੇ ਜੈਕਾਰੇ ਲਗਾਓ। ਅਤੇ ਉਹਨਾਂ ਨੇ ਕਿਹਾ ਮੈਂ ਬਿਲਕੁਲ ਮੈਂ ਜਾਵਾਂਗਾ। ਜੈਦਾਰ ਸਾਹਿਬ ਨੇ ਗਿਆਨੀ ਹਰਨਾਮ ਸਿੰਘ ਨੂੰ ਭੇਜਿਆ, ਉਹ ਗਏ, ਉਹਨਾਂ ਨੇ ਠੀਕ ਪੰਡਿਤ ਜਵਾਹਰ ਲਾਲ ਨਹਿਰੂ ਸਾਹਮਣੇ ਜਾ ਕੇ ਬੋਲੇ ਸੋਨੇ ਹਾਲ ਦੇ ਨਾਅਰੇ ਲਗਾਏ, ਪੰਜਾਬੀ ਸੂਬਾ ਜ਼ਿੰਦਾਬਾਦ ਕਿਹਾ, ਜਿਹਦੇ ਨਾਲ ਉਹ ਉਸ ਟਾਈਮ ਗ੍ਰਿਫਤਾਰ ਕਰ ਲਏ ਗਏ। ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਮੋਰਚਾ ਫਿਰ ਵੀ ਨਹੀਂ ਰੁਕਿਆ, ਜੈਦਾਰ ਸਾਹਿਬ ਨੇ ਮੋਰਚਾ ਚਲਾ ਰੱਖਿਆ। 19 ਮਹੀਨੇ ਜੈਦਾਰ ਰਛਪਾਲ ਸਿੰਘ ਗੁਰਦੁਆਰਾ ਸੀਸਗੰਜ ਦੇ ਵਿੱਚ ਰਹੇ, ਬਾਹਰ ਨਿਕਲਦੇ ਸਨ ਤਾਂ ਪੁਲਿਸ ਫੜਦੀ ਸੀ। 19 ਮਹੀਨੇ ਜੈਦਾਰ ਸਾਹਿਬ ਸੀਸਗੰਜ ਰਹਿ ਕੇ ਉਹਨਾਂ ਨੇ ਮੋਰਚਾ ਲਾਇਆ ਔਰ ਮੋਰਚਾ ਸਕਸੈਸਫੁਲ ਵੀ ਹੋਇਆ, ਮੋਰਚੇ ਨੂੰ ਕਾਮਯਾਬੀ ਵੀ ਮਿਲੀ ਜੀ, ਔਰ ਇੱਦਾਂ ਸਾਡਾ ਦਲ ਸਥਾਪਿਤ ਹੋਇਆ ਮਾਸਟਰ ਤਾਰਾ ਸਿੰਘ ਜੀ। ਉਸ ਤੋਂ ਬਾਅਦ ਮੋਰਚਾ ਤੋਂ ਬਾਅਦ ਕਿਹੜੀ ਤੁਸੀਂ ਕਹਿ ਰਹੇ ਕਾਮਯਾਬੀ ਮਿਲੀ, ਕੀ ਰਿਜ਼ਲਟ ਨਿਕਲਿਆ ਇਸ ਮੋਰਚੇ ਦਾ? ਮੋਰਚੇ ਤੋਂ ਬਾਅਦ ਪੰਜਾਬੀਆਂ ਨੂੰ ਅਹਿਮੀਅਤ ਮਿਲੀ ਜੀ, ਪੰਡਿਤ ਨੂੰ ਝੁਕਣਾ ਪਿਆ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਾਡੇ ਅੱਗੇ, ਔਰ ਸਾਡੇ ਸਿੱਖਾਂ ਨੂੰ ਜਿਹੜੀ ਵੀ ਸਾਡੀ ਮੰਗਾਂ ਸੀ ਉਹ ਮਾਸਟਰ ਤਾਰਾ ਸਿੰਘ ਹੁੰਦੇ ਮੰਨੀਆਂ ਗਈਆਂ। ਉਸਦੇ ਬਾਅਦ ਅਸੀਂ ਕਈ ਪੰਜਾਬੀਆਂ ਦੇ ਵੀ ਅਸੀਂ ਪ੍ਰੋਗਰਾਮ ਚਲਾਏ, ਉੱਥੇ ਪੰਜਾਬੀ ਅਕੈਡਮੀ ਬਣਾਈ ਦਿੱਲੀ 'ਚ, ਸਪਰੂ ਹਾਊਸ ਵੀ ਉੱਥੇ ਬਣਿਆ, ਕਈ ਜਗ੍ਹਾ 'ਤੇ ਅਸੀਂ ਹੋਰ ਉਪਰਾਲੇ ਕੀਤੇ ਜੋ ਕਿ ਸਰਕਾਰ ਨੇ ਸਾਡੀ ਉਸ ਦੌਰਾਨ ਮਦਦ ਕੀਤੀ ਮੋਰਚੇ ਦੇ ਬਾਅਦ ਜੀ। ਭਾਈ ਸਾਹਿਬ, ਜਿਵੇਂ ਕਿ ਆਪ ਜੀ ਨੇ ਜ਼ਿਕਰ ਕਰ ਦਿੱਤਾ, ਗਿਆਨੀ ਹਰਨਾਮ ਸਿੰਘ ਜੀ ਬਾਨੀ ਚੜ੍ਹਦੀ ਕਲਾ ਅਖਬਾਰ, ਉਹਨਾਂ ਨੇ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਪੰਡਿਤ ਨਹਿਰੂ ਦੇ ਸਾਹਮਣੇ ਜਾ ਕੇ ਪੰਜਾਬੀ ਸੂਬਾ ਜ਼ਿੰਦਾਬਾਦ ਮੋਰਚਾ ਦੇ ਨਾਅਰੇ ਲਗਾਏ। ਸਰਦਾਰ ਜਗਜੀਤ ਸਿੰਘ ਦਿਲਦੀ, ਜਿਹੜੇ ਕਿ ਉਸ ਵੇਲੇ ਛੋਟੀ ਉਮਰ ਵਿੱਚ ਸਨ, ਆਪਣੇ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਗਿਆਨੀ ਹਰਨਾਮ ਸਿੰਘ ਦੇ ਨਾਲ ਇਹਨਾਂ ਦਾ ਵੀ ਯੋਗਦਾਨ ਰਿਹਾ ਜੀ? ਹੁਣ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀਗੇ ਜੈਦਾਰ ਰਛਪਾਲ ਸਿੰਘ ਜੀ ਕਿ ਚੜ੍ਹਦੀ ਕਲਾ ਗਰੁੱਪ ਦੇ ਜਿਹੜੇ ਹੁਣ ਚੇਅਰਮੈਨ ਹੈ ਸਤਜੀਤ ਸਿੰਘ ਦਰਜੀ ਜੀ, ਇਹ ਆਪਣੇ ਪਿਤਾ ਜੀ ਨਾਲ ਆਇਆ ਕਰਦੇ ਸਨ ਮੇਰੇ ਪਿਤਾ ਜੀ ਕੋਲ, ਅਤੇ ਉਮਰ ਦੀ ਉਮਰ ਇਸ ਟਾਈਮ ਉਮਰ 12-13 ਸਾਲ ਸੀਗੀ, ਮੈਨੂੰ ਦੱਸਿਆ ਮੇਰੇ ਪਿਤਾ ਜੀ ਨੇ ਕਈ ਵਾਰ ਸੁਣਾਈ ਸੀ ਗੱਲ। ਤੋ ਇਹਨਾਂ ਨੇ ਵੀ ਮੋਰਚੇ 'ਚ ਉਸ ਟਾਈਮ ਮੇਰੇ ਪਿਤਾ ਜੀ ਨੂੰ ਕਹਿੰਦੇ ਸੀ ਜੀ ਮੈਨੂੰ ਵੀ ਕੰਮ ਦਿਓ ਅਤੇ ਮੈਂ ਵੀ ਕੋਈ ਕੰਮ ਕਰਨਾ ਚਾਹੁੰਦਾ ਮੋਰਚੇ 'ਚ। ਤੋ ਮੇਰੇ ਫਾਦਰ ਨੇ ਉਸ ਟਾਈਮ ਜਗਜੀਤ ਸਿੰਘ ਦਰਜੀ ਜੀ ਨੂੰ ਕਿਹਾ ਕਿ ਤੁਹਾਡਾ ਇੰਨਾ ਹੀ ਕਹਿਣਾ ਕਾਫੀ ਸੀ, ਤੁਹਾਡਾ ਕੋਈ ਲਾਇਕ ਕੋਈ ਕੰਮ ਹੋਏਗਾ ਤਾਂ ਮੈਂ ਜ਼ਰੂਰ ਦੱਸੂੰਗਾ ਤੁਹਾਨੂੰ। ਤੋ ਇਹਨਾਂ 'ਚ ਇਸ ਪਰਿਵਾਰ 'ਚ ਚੜ੍ਹਦੀ ਕਲਾ ਗੁਪਤ ਦੇ ਪਰਿਵਾਰ 'ਚ ਦੇਸ਼ ਦੇ ਪ੍ਰਤੀ ਜੋਸ਼, ਕੌਮ ਦੇ ਪ੍ਰਤੀ ਜੋਸ਼ ਹੈ ਹੀ ਹੈ, ਭਰਿਆ ਹੋਇਆ, ਔਰ ਮੈਂ ਚਾਹੁੰਦਾ ਕਿ ਇਹ ਜਿਹਾ ਜੋਸ਼ ਹਰ ਬੰਦੇ ਦੇ ਦਿਲ ਔਰ ਦਿਮਾਗ 'ਤੇ ਹੋਵੇ। ਜੋ ਇਹ ਪਰਿਵਾਰ ਨੇ ਸੇਵਾ ਕੀਤੀ ਹੈ ਸਿੱਖ ਪੰਥ ਦੀ, ਜੋ ਹੁਣ ਵੀ ਕਰ ਰਹੇ ਹੈ, ਇੰਨਾ ਸਿੱਧਾ ਪ੍ਰਸਾਰਣ ਬੰਗਲਾ ਸਾਹਿਬ ਤੋਂ, ਪਹਿਲੇ ਹੇਮਕੁੰਡ ਸਾਹਿਬ ਤੋਂ ਸੀ, ਸੰਗਤਾਂ ਨੂੰ ਦਰਸ਼ਨ ਕਰਵਾਉਣੇ ਗੁਰਧਾਮਾਂ ਦੇ, ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੋ ਸਕਦਾ। ਘਰ ਘਰ ਬਾਣੀ ਪਹੁੰਚਾਉਣ ਵਾਲੇ ਹੀ ਚੜ੍ਹਦੀ ਕਲਾ ਗਰੁੱਪ, ਮੈਂ ਤਾਂ ਕਹਿੰਦਾ ਵਾਹਿਗੁਰੂ ਕਰੇ ਇਹਨਾਂ ਨੂੰ ਬਹੁਤ ਤਰੱਕੀ ਮਿਲੇ, ਇਹ ਸਾਰੇ ਹਿੰਦੁਸਤਾਨ ਦੇ ਗੁਰਦੁਆਰੇ ਦੇ ਦਰਸ਼ਨ ਸਨ ਕਰਾ ਸਕਣ, ਤਾਂ ਕਿ ਅਸੀਂ ਸਭ ਸੰਗਤਾਂ ਬੈਠ ਕੇ ਦੇਖ ਸਕੀਏ ਜੀ। ਭਾਈ ਸਾਹਿਬ, ਜਿਵੇਂ ਆਪ ਜੀ ਦੱਸ ਦਿੱਤਾ ਸੀ ਸ਼ੁਰੂਆਤ ਦੇ ਵਿੱਚ ਕਿ ਪਟਿਆਲਾ ਦੇ ਵਿੱਚ ਆਪ ਜੀ ਨੇ ਆਫਿਸ ਦੀ ਸਥਾਪਨਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ, ਤਾਂ ਹੁਣ ਅੱਗੇ ਕੀ ਏਜੰਡੇ ਨੇ, ਜਾਂ ਪਟਿਆਲਾ ਹੀ ਤੁਸੀਂ ਸਭ ਤੋਂ ਪਹਿਲਾਂ ਕਿਉਂ ਚੁਣਿਆ? ਪਟਿਆਲਾ ਮੈਂ ਇਸ ਕਰਕੇ ਚੁਣਿਆ, ਮੇਰਾ ਕੁਛ ਲਗਾਵ ਦੁੱਖ ਨਿਵਾਰਨ ਸਾਹਿਬ ਨਾਲ ਅੱਜ ਤੋਂ ਨਹੀਂ, ਬਹੁਤ ਸਾਲਾਂ ਤੋਂ ਹੀ ਹੈ। ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਦਿੱਲੀ ਤੋਂ ਜ਼ਰੂਰ ਮੱਥਾ ਟੇਕਾਉਣਾ ਇੱਥੇ, ਅਤੇ ਮੈਂ ਚਾਹੁੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਮੈਂ ਪਹਿਲੇ ਆਪਣੇ ਦਲ ਦੀ, ਦਿੱਲੀ ਤਾਂ ਸਾਡਾ ਦਫ਼ਤਰ ਹੈ ਹੀ ਕਈ ਸਾਲਾਂ ਤੋਂ, ਅਤੇ ਮੈਂ ਚਾਹੁੰਦਾ ਸੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਰ 'ਤੇ ਇਸ ਪੰਜਾਬ ਦੀ ਸਟੇਟ ਦੀ ਸ਼ੁਰੂਆਤ ਕਰਾਂ। ਇਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਔਰ ਚੰਡੀਗੜ੍ਹ ਬਹੁਤ ਜਲਦ ਦਫ਼ਤਰ ਖੋਲ੍ਹਾਂਗੇ, ਤਾਂ ਕਿ ਲੋਕਾਂ ਨੂੰ ਅਸੀਂ ਜੋੜ ਸਕੀਏ, ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਨਾਲ ਜੋੜ ਸਕੀਏ, ਕਿਉਂਕਿ ਲੋਕਾਂ ਕੋਲ ਵਿਕਲਪ ਨਹੀਂ ਹੈ ਇਸ ਟਾਈਮ ਜੀ। ਉਹਨਾਂ ਨੂੰ ਇੱਕ ਕੋਈ ਨਵੀਂ ਪਾਰਟੀ ਮਿਲੇ, ਜੋ ਇਹ ਪਾਰਟੀ ਤਾਂ ਬਹੁਤ ਪੁਰਾਣੀ ਹੈ, ਮੈਂ ਚਾਹੁੰਦਾ ਕਿ ਲੋਕਾਂ ਨੂੰ ਅਸੀਂ ਸਮਝਾ ਸਕੀਏ ਕਿ ਮਾਸਟਰ ਅਕਾਲੀ ਦਲ ਕੀ ਹੈ। ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਅਸੀਂ ਪਿੰਡ ਪਿੰਡ ਜਾਵਾਂਗੇ, ਅਸੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਂਗੇ, ਉਹਨਾਂ ਨੂੰ ਸਮਝਾਵਾਂਗੇ ਕਿ ਸਾਡਾ ਦਲ ਇਹ ਹੈ, ਤੁਹਾਡੀ ਸੇਵਾ ਕਰਨ ਨੂੰ ਤਿਆਰ ਹੈ, ਸਾਨੂੰ ਇੱਕ ਮੌਕਾ ਦਿਓ ਤਾਂ ਕਿ ਅਸੀਂ ਤੁਹਾਡੀ ਸੇਵਾ ਕਰ ਸਕੀਏ, ਔਰ ਮੈਨੂੰ ਉਮੀਦ ਹੈ ਕਿ ਲੋਕ ਸਮਝਣਗੇ ਜੀ। ਤੁਹਾਨੂੰ ਕੀ ਲੱਗਦਾ ਜੋ ਪੰਜਾਬ ਦੇ ਅੱਜ ਮੌਜੂਦਾ ਹਾਲਾਤ ਨੇ ਇਹਨਾਂ ਵਿੱਚ ਸੁਧਾਰ ਹੋ ਸਕਦਾ ਜੇ ਕੋਈ ਚੰਗੀ ਸਰਕਾਰ ਸਾਡੇ ਮਿਲੇ ਜਾਂ ਸਾਡੇ ਸਿੱਖਾਂ ਦੀ ਨੁਮਾਇੰਦੇ ਸਰਕਾਰ? ਬਿਲਕੁਲ ਸੁਧਾਰ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ, ਸਰਕਾਰਾਂ ਪਿੱਛੇ ਕਈ ਰਹੀਆਂ ਜੀ, ਪੰਜਾਬ ਗਵਰਨਮੈਂਟ ਗਿਆਨੀ ਜੀ ਦੀ ਸਰਕਾਰ ਵੀ ਰਹੀ ਹੈ, ਗਿਆਨੀ ਜੈਲ ਸਿੰਘ ਦੀ ਵੀ ਸੀਐਮ ਰਹੇ ਨੇ ਇੱਥੇ, ਉਹ ਬੜੇ ਸਕਸੈਸਫੁਲ ਸੀਐਮ ਸੀਗੇ ਜੀ, ਉਹਨਾਂ ਦੇ ਟਾਈਮ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਗਿਆ ਜੀ, ਉੱਥੇ ਬਹੁਤ ਕੰਮ ਹੋਏ ਗਿਆਨੀ ਜੀ ਦੇ ਟਾਈਮ। ਇਹ ਜੀ ਸਰਕਾਰਾਂ ਆ ਸਕਦੀਆਂ ਅੱਗੇ, ਹੋਰ ਵੀ ਅੱਛੇ ਕੰਮ ਕਰ ਸਕਦੀਆਂ
ਉਹਨੂੰ ਉਮੀਦ ਹੈ ਕੈਪਟਨ ਸਰਕਾਰ ਵੀ ਹੁਣ ਅੱਛੇ ਕੰਮ ਕਰੇਗੀ ਤਾਂ ਕਿ ਇੱਥੋਂ ਦੇ ਲੋਕਾਂ ਤੋਂ ਕੁਝ ਭਲਾ ਹੋਏ ਔਰ ਅਸੀਂ ਨਸ਼ਾ ਮੁਕਤ ਪੰਜਾਬ ਦੇਈਏ ਲੋਕਾਂ ਨੂੰ। ਜੀ, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਤਾਂ ਬੜੇ ਵਾਅਦੇ ਹੋ ਜਾਂਦੇ ਨੇ, ਪਰ ਬਾਅਦ ਵਿੱਚ ਜਦੋਂ ਅਸੀਂ ਪਾਵਰ 'ਚ ਆ ਜਾਂਦੇ ਹਾਂ ਫਿਰ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਅਸੀਂ ਨਾਕਾਮਯਾਬ ਕਿਉਂ ਹੁੰਦੇ ਹਾਂ? ਜੀ, ਅਸੀਂ ਵਾਅਦੇ ਤੇ ਜੋਸ਼ ਕਰ ਬੈਠਦੇ ਹਾਂ, ਮੈਨੀਫੈਸਟੋ ਵੀ ਜ਼ਾਹਿਰ ਕਰਦੇ ਨੇ, ਮਗਰ ਅਸੀਂ ਵਾਅਦੇ ਪੂਰੇ ਨਹੀਂ ਕਰ ਪਾਉਂਦੇ। ਜੀ, ਅਸੀਂ ਸੋਚੋ 5 ਵਾਅਦੇ ਵੀ ਪੂਰੇ ਨਹੀਂ ਕਰ ਪਾਉਂਦੇ ਲੋਕਾਂ ਨੂੰ ਜੋ ਅਸੀਂ ਕਰਕੇ ਜਾਂਦੇ ਹਾਂ, ਇਹ ਬਹੁਤ ਗਲਤ ਗੱਲ ਹੈ। ਅਸੀਂ ਉਹ ਵਾਅਦਾ ਕਰੀਏ ਜੋ ਪੂਰਾ ਕਰ ਸਕੀਏ, ਔਰ ਸਰਕਾਰ ਹੈ, ਸਰਕਾਰ ਸਭ ਕੁਝ ਕਰ ਸਕਦੀ ਹੈ, ਸਰਕਾਰ ਕੋਲ ਸਭ ਹੈ, ਨੀਅਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ। ਜੀ, ਜੇ ਨੀਅਤ ਅੱਛੀ ਹੋਵੇ, ਨੀਅਤ ਸਾਫ਼ ਹੋਵੇ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਹਾਂ, ਦੇਸ਼ ਕੌਮ ਲਈ, ਪ੍ਰਾਣੀ ਮਾਤਰ ਲਈ ਬਹੁਤ ਕੁਝ ਕਰ ਸਕਦੇ ਹਾਂ। ਆਪਾਂ ਕੋਲ, ਸਾਡੇ ਕੋਲ ਕਈ ਉਦਾਹਰਣ ਹੈਗੇ, ਮਦਰ ਟਰੀਸਾ ਵਰਗੇ, ਉਹਨਾਂ ਕੋਲ ਕਿਹੜੀ ਸਰਕਾਰ ਸੀ? ਉਹ ਇਤਨੀ ਸੇਵਾ ਕਰ ਗਏ। ਜੀ, ਪਿੰਗਲਵਾੜੇ ਵਾਲੇ ਸਾਡੇ ਬਾਬਾ ਜੀ ਕਿੰਨੀ ਸੇਵਾ ਕਰ ਗਏ ਕੁੜੀਆਂ ਦੀ, ਕੀ ਸੀ ਉਹਨਾਂ ਕੋਲ? ਪੂਰਨ ਸਿੰਘ ਜੀ, ਸਾਹਿਬ ਪੂਰਨ ਸਿੰਘ ਜੀ, ਭਗਤ ਪੂਰਨ ਸਿੰਘ ਜੀ, ਭਗਤ ਪੂਰਨ ਸਿੰਘ ਨੇ ਸੇਵਾ ਕੀਤੀ। ਬਿਲਕੁਲ, ਅਸੀਂ ਸੇਵਾ ਕਰ ਸਕਦੇ ਹਾਂ, ਜੋਸ਼ ਹੋਣਾ ਚਾਹੀਦਾ, ਸਾਡਾ ਮਕਸਦ ਹੋਣਾ ਚਾਹੀਦਾ ਸੇਵਾ ਕਰਨ ਦਾ। ਤੇ ਸੇਵਾ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਐਸੀ ਬਖਸ਼ਿਸ਼ ਕੀਤੀ ਹੈ ਕਿ ਇਹ ਤੇ ਸਾਡੇ ਭਾਈ ਕਨਿਆ ਜੀ ਨੇ ਵੀ ਉੱਥੇ ਜਲਦੀ ਸੇਵਾ ਕਰਦੇ ਸੀਗੇ ਜੰਗ 'ਚ, ਉਹਨਾਂ ਦੇ ਉਹ ਮੁਸਲਮਾਨਾਂ ਨੂੰ ਵੀ ਪਿਲਾਉਂਦੇ ਸੀ, ਸਿੱਖਾਂ ਨੂੰ ਪਿਲਾਉਂਦੇ ਸੀਗੇ, ਉਹਨਾਂ ਲਈ ਕੋਈ ਭੇਦਭਾਵ ਨਹੀਂ ਸੀ। ਬਿਨਾਂ ਭੇਦਭਾਵ ਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ, ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ ਕੋਈ ਵੀ ਹੋਏ, ਸਰਕਾਰ ਲਈ ਸਭ ਉਹਨਾਂ ਦੇ ਬੱਚੇ ਹੈ। ਬਿਲਕੁਲ, ਇੱਕ ਇਕੱਲਾ ਇਨਸਾਨ ਕਦੀ ਵੀ ਕੁਝ ਨਹੀਂ ਕਰ ਸਕਦਾ। ਆਪ ਜੀ ਨੂੰ ਵੀ ਇਸ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਦੌਰਾਨ ਕਈ ਹੋਰ ਸੰਸਥਾਵਾਂ ਦਾ ਸਹਿਯੋਗ ਜ਼ਰੂਰ ਮਿਲਿਆ ਹੋਵੇਗਾ, ਜਾਂ ਹੁਣ ਤੁਸੀਂ ਤਾਂ ਹੀ ਇਹ ਵੱਡਾ ਜੋ ਮੈਸੇਜ ਲੈ ਕੇ ਚੱਲੇ ਹੋ ਪੰਜਾਬ ਦੇ। ਜੀ, ਅਸੀਂ ਇਹ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਜੀ, ਔਰ ਵਾਹਿਗੁਰੂ ਪਰਮਾਤਮਾ ਸਾਨੂੰ ਸ਼ਕਤੀ ਬਖਸ਼ੇ, ਅਸੀਂ ਇਸ ਨੂੰ ਕੰਮ ਕਰੀਏ। ਅਜੇ ਸਾਡੇ ਲਈ ਲੜਾਈ ਬੜੀ ਲੰਬੀ ਹੈ ਜੀ, ਇਹ ਦਲ ਹੈ ਤੇ ਬਹੁਤ ਪੁਰਾਣਾ, ਸਭ ਤੋਂ ਪੁਰਾਣਾ ਅਕਾਲੀ ਦਲ ਹੈ ਹਿੰਦੁਸਤਾਨ ਦਾ, ਮਗਰ ਕੁਝ ਕਾਰਨ ਵਿੱਚ ਅਸੀਂ ਪੰਜਾਬ ਵਿੱਚ ਇੰਨੇ ਐਕਟਿਵ ਨਹੀਂ ਰਹਿ ਸਕੇ। ਅੱਜ ਅਸੀਂ ਪੰਜਾਬ ਵਿੱਚ ਆਏ ਹਾਂ, ਪੰਜਾਬ ਦੇ, ਅਸੀਂ ਆਪਣੇ ਘਰ ਆਏ ਹਾਂ, ਅਸੀਂ ਆਪਣੇ ਘਰ ਤੋਂ ਪਹਿਲੇ ਬਾਹਰ ਸੁਣ, ਆਪਣੇ ਘਰ ਦੁਬਾਰਾ ਆਏ ਹਾਂ, ਲੋਕਾਂ ਕੋਲ ਆਸ਼ੀਰਵਾਦ ਲਾਂਗੇ ਤਾਂ ਕਿ ਲੋਕ ਸਾਨੂੰ ਆਸ਼ੀਰਵਾਦ ਦੇਣ, ਅਸੀਂ ਕੁਝ ਕੰਮ ਕਰ ਸਕੀਏ। ਵਾਹਿਗੁਰੂ, ਬਾਕੀ ਵਾਹਿਗੁਰੂ ਦੇ ਹੱਥ। ਭਾਈ ਸਾਹਿਬ, ਜਾਂਦੇ ਜਾਂਦੇ ਤੁਸੀਂ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੀ? ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਰਸ਼ਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਪਿਆਰ ਤੁਸੀਂ ਇਸ ਚੈਨਲ ਨੂੰ ਬਹੁਤ ਦਿਓ, ਦੇ ਵੀ ਰਹੇ ਹੋ, ਹੋਰ ਵੀ ਦਿਓ, ਤਾਂ ਕਿ ਇਹ ਵੱਧ ਚੜ੍ਹ ਕੇ ਇਹ ਗਰੁੱਪ ਤੁਹਾਡੀ ਸੇਵਾ ਕਰ ਸਕੇ, ਤੁਹਾਨੂੰ ਗੁਰਤਾਮਾ ਦੇ, ਤੁਹਾਨੂੰ ਨਿਊਜ਼, ਤੁਹਾਨੂੰ ਹੋਰ ਕਾਰਿਕ੍ਰਮਾਂ ਦੇ ਦਰਸ਼ਨ ਕਰਾ ਸਕੇ। ਵਾਹਿਗੁਰੂ ਕਰੇ ਤੁਹਾਡੇ ਇਸ ਚੈਨਲ ਨੂੰ ਬਹੁਤ ਤਰੱਕੀ ਮਿਲੇ। ਮੈਂ ਦਰਸ਼ਕਾਂ ਨੂੰ ਇੰਨੀ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਸਾਡੇ ਦਲ ਨੂੰ ਪਿਆਰ ਦੇਣ, ਜਿਸ ਤਰ੍ਹਾਂ ਮਾਸਟਰ ਜੀ ਨੂੰ ਪਿਆਰ ਦਿੱਤਾ ਸੀ। ਅਸੀਂ ਪੰਜਾਬ ਵਿੱਚ ਆਏ ਹਾਂ ਤੁਹਾਡੇ ਨਾਲ, ਤੁਹਾਡੇ ਕੋਲ, ਸਾਨੂੰ ਆਸ਼ੀਰਵਾਦ ਦਿਓ, ਸਾਡੇ ਦਲ ਨੂੰ ਪਿਆਰ ਦਿਓ, ਤਾਂ ਕਿ ਅਸੀਂ ਇਧਰੋਂ ਭ੍ਰਿਸ਼ਟਾਚਾਰ, ਨਸ਼ਾ ਖਤਮ ਕਰਕੇ ਤੁਹਾਨੂੰ ਨਸ਼ਾ ਮੁਕਤ ਪੰਜਾਬ ਦੇਈਏ, ਤਾਂ ਕਿ ਸਾਡੇ ਆਉਣ ਵਾਲੇ ਵੀਰ ਭੈਣ ਸਾਨੂੰ ਯਾਦ ਰੱਖ ਸਕਣ। ਜੀ, ਬਹੁਤ ਧੰਨਵਾਦ ਭਾਈ ਸਾਹਿਬ, ਆਪ ਜੀ ਦਾ, ਆਪ ਜੀ ਸਾਡੇ ਸਟੂਡੀਓ ਵਿੱਚ ਆਏ ਅਤੇ ਆਪ ਜੀ ਨੇ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਵਧੀਆ ਵਿਚਾਰਾਂ ਸਾਂਝੀਆਂ ਕੀਤੀਆਂ। ਧੰਨਵਾਦ ਜੀ।